ਮੀਨੇ ਮਚਾਈ ਹਾਹਾਕਾਰ ਵੈਸ਼ ਨੂੰ ਦੇ ਵੀ ਅੰਡਰ ਬ੍ਰਿਜ ਹੋਇਆ ਪਾਣੀ ਹੀ ਪਾਣੀ ਜਿਵੇਂ ਚੱਲਦੇ ਨੇ ਫਾਰੇ ਜਿहां ਤੁਸੀਂ ਵੀ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਹੀ ਪਾਣੀ ਹੋਇਆ ਪਿਆ ਤੇ ਡੈਮ ਓਵਰਫਲੋ ਹੋਣ ਦੇ ਕਾਰਨ ਫਲੱਡ ਗੇਟ ਖੋਲ ਦਿੱਤੇ ਗਏ ਨੇ ਜਿਸ ਕਾਰਨ ਸੜਕਾਂ ਵੀ ਨਦੀਆਂ ਦਾ ਰੂਪ ਧਾਰਨ ਕਰ ਰਹੀਆਂ ਨੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਵੱਡੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਇਹ ਜੋ ਤਸਵੀਰਾਂ ਨੇ ਗੁਜਰਾਤ ਦੀਆਂ ਦੱਸਿਆ ਨੇ ਕਿ ਗੁਜਰਾਤ ਦੇ ਵਿੱਚ ਭਾਰੀ ਬਰਸਾਤ ਹੋਣ ਕਾਰਨ ਨਦੀਆਂ ਨਾਲੇ ਪੂਰੇ ਉਫਾਨ ਤੇ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਵੇਂ ਬੈਸ਼ਨੋ ਦੇਵੀ ਅੰਡਰ ਬ੍ਰਿਜ ਪਾਣੀ ਹੀ ਪਾਣੀ ਹੋਇਆ ਹੈ ਪਏ ਤੇ ਮੀਂਹ ਨੇ ਹਹਾਕਾਰ ਮਚਾਈ ਹੋਈ ਹੈ ਪੂਰੀ ਤਬਾਹੀ ਮਚਾਈ ਹੋਈ ਹੈ ਤੇ ਫਾੜ ਵਾਲੀ ਸਥਿਤੀ ਬਣੀ ਹੋਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਨੇ ਅੰਡਰ ਬ੍ਰਿਜ ਦੇ ਵਿੱਚੋਂ ਪਾਣੀ ਬਾਹਰ ਆ ਰਿਹਾ ਜਿਵੇਂ ਫਾਰੇ ਚੱਲ ਰਹੇ ਹੁੰਦੇ ਨੇ ਤੇ ਲੋਕਾਂ ਵੱਲੋਂ ਵੀਡੀਓਜ਼ ਵੀ ਬਣਾਈਆਂ ਜਾ ਰਹੀਆਂ ਨੇ ਕਿ ਇਹ ਭਾਰੀ ਬਰਸਾਤ ਕਾਰਨ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ